मैं दो गल्लां जिहड़ियां पिछले दिनां च वी ते अज वी ओह टीवी चैनल्स ते चल रही आ उहदे बारे मैं स्थिति स्पष्ट करना चाहुंदा वी जिहड़ी पिक्चर एमरजेंसी आ उहदे बारे जो साडे सिख भराई भाईचारे ने सिख जथेबंदियां ने पंजाबियां ने जिहड़े चिंतित सी वी उहदे विच कोई भी सिखां बारे ऐसा सीन नहीं होना चाहीदा जिन्हां नूं सिखां नूं जां पंजाबियां नूं कोई ठेस पहुंचे ਉਹ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਵੀ ਅਸੀਂ ਖਾਸ ਤੌਰ ਤੇ ਦੋ ਵਿਦਵਾਨ ਬੁੱਧੀਜੀਵੀ ਜਿਹੜੇ ਸਿੱਖ ਨੇ ਚਾਹੇ ਉਹ ਸਾਡੇ ਲੁਧਿਆਣੇ ਤੋਂ ਨੇ ਜੋਹਲ ਸਾਹਿਬ ਚਾਹੇ ਸਾਡੇ ਚੇਅਰਮੈਨ ਨੇ ਜਿਹੜੇ ਸਾਡੇ ਨਦੇੜ ਸਾਹਿਬ ਤਖ਼ਤ ਸਾਹਿਬ ਦੇ ਟਰੱਸਟ ਦੇ ਚੇਅਰਮੈਨ ਸਾਬਕਾ ਸੀਨੀਅਰ IAS ਆਫਿਸਰ ਨੇ ਉਹਨਾਂ ਨੇ ਦੇਖਿਆ ਅਤੇ ਦੇਖਣ ਤੋਂ ਬਾਅਦ ਜਿਹੜੇ ਸਾਡੇ ਸੈਂਸਰ ਬੋਰਡ ਦੇ ਚੇਅਰਮੈਨ ਨੇ ਉਹਨਾਂ ਨਾਲ ਬਹਿ ਕੇ ਉਹ ਸਾਰੇ ਸੀਨ ਨੇ ਜਿਹੜੇ ਕੋਈ ਵੀ ਜੀ ਸਿੱਖ ਪੰਜਾਬੀ ਜਿਹਨੂੰ ਕੋਈ ਵੀ ਛਵੀ ਦੇ ਬਾਰੇ ਕੋਈ ਐਸੀ ਗੱਲ ਹੋਵੇ ਉਹ ਬਿਲਕੁਲ ਕੱਟੇ ਗਏ ਨੇ ਉਹਦੇ ਵਿੱਚ ਕੋਈ ਵੀ ਐਸਾ ਸੀਨ ਹੈ ਨਹੀਂ ਜਿਹ 'ਚ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਸਿੱਖਾਂ ਦੇ ਬਾਰੇ ਕੋਈ ਐਸੀ ਗੱਲ ਦਿਖਾਈ ਜਾਵੇ ਉਹ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਕੀ ਜੋ ਇੰਦਰਾ ਗਾਂਧੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜੋ ਕੁਛ ਐਮਰਜੈਂਸੀ ਜਾਂ ਸਿੱਖਾਂ ਨਾਲ ਜੋ ਕੁਛ ਕੀਤਾ ਉਹ ਚਾਹੇ 84 ਦੀ ਗੱਲ ਕਰੀਏ ਚਾਹੇ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕਰਨ ਦੀ ਗੱਲ ਕਰੀਏ ਢਹਿ ਢੇਰੀ ਕਰਨ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਵੱਜਣ ਦੀ ਗੱਲ ਕਰੀਏ ਉਹ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ ਉਹ ਸਾਰਾ ਕੁਛ ਹੋਇਆ ਉਦੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਗਲੀ ਗਲੀ ਕੋਹ ਕੋਹ ਕੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ ਮਾਰਿਆ ਗਿਆ ਸਾਰੇ ਦੇਸ਼ਾਂ ਦੇ ਸਾਰੇ ਦੇਸ਼ ਦੇ ਵੱਡਿਆਂ ਸ਼ਹਿਰਾਂ 'ਚ ਕਿਸ ਤਰੀਕੇ ਨਾਲ ਭਜਾ ਭਜਾ ਕੇ ਗਲਾਂ 'ਚ ਟਾਇਰ ਪਾ ਕੇ ਕੀ ਜਿਹੜੀਆਂ ਅੱਜ ਉਹਨਾਂ ਨੂੰ ਰੋਕਣ ਦੀ ਗੱਲ ਕਰਦੇ ਆ ਜਦੋਂ ਐਮਰਜੈਂਸੀ ਪਿਕਚਰ ਦੇ ਵਿੱਚ ਇੰਦਰਾ ਗਾਂਧੀ ਦਾ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਸਾਡੇ ਗੁਰਦੁਆਰਿਆਂ ਪ੍ਰਤੀ ਜੋ ਕੁਛ ਉਹਨਾਂ ਨੇ ਨੁਕਸਾਨ ਕੀਤਾ ਤੁਸੀਂ ਨਹੀਂ ਚਾਹੁੰਦੇ ਵੀ ਉਹ ਲੋਕਾਂ ਨੂੰ ਪਤਾ ਲੱਗੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਹੋ ਤੁਸੀਂ ਐਡੀ ਬੜੀ ਗੱਲ ਆ ਜਿਹੜੀ ਉਹਨੂੰ ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ ਇਸ ਪਿਕਚਰ ਨੂੰ ਰੋਕ ਕੇ ਜਿਹੜੀਆਂ ਤੁਹਾਡੀਆਂ ਇਸ਼ੂ ਸੀ ਉਹ ਅਲੱਗ ਗੱਲ ਹੋ ਗਈ ਆਪਣੇ ਇਸ਼ੂ ਸੀ ਉਹ ਬਿਲਕੁਲ ਠੀਕ ਨੇ ਉਹ ਨਹੀਂ ਦਿਖਾਏ ਜਾਣਗੇ ਪਰ ਬਾਕੀ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਪਿਕਚਰ ਦਾ ਕੀ ਤੁਸੀਂ ਨਹੀਂ ਦੱਸਣਾ ਚਾਹੁੰਦੇ ਵੀ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਤੁਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਵੀ ਤੁਸੀਂ ਝੂਠਾ ਕਹਿੰਦੇ ਹੋ ਝੂਠਾ ਪਾਉਣ ਦੀ ਗੱਲ ਕਰਦੇ ਹੋ ਨਹੀਂ ਦਿਖਾਉਣਾ ਚਾਹੁੰਦੇ ਕੁਛ ਤੁਸੀਂ 80-84 ਦੀ ਗੱਲ ਕਰਦੇ ਹੋ ਮੈਸੇਕਰ ਹੋਇਆ ਤੁਸੀਂ ਉਹ ਨਹੀਂ ਦਿਖਾਉਣਾ ਚਾਹੁੰਦੇ ਉਹ 'ਚ ਵੀ ਕੀ ਕੁਛ ਉਸ ਵੇਲੇ ਉਸ ਸਰਕਾਰ ਨੇ ਕਾਂਗਰਸ ਦੀ ਨੇ ਕੀ ਕੁਛ ਕੀਤਾ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਜਿਹੜਾ ਇਸ ਪਿਕਚਰ ਨੂੰ ਹੁਣ ਰੋਕੂਗਾ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਇੰਦਰਾ ਗਾਂਧੀ ਦੇ ਜੋ ਸਿੱਖਾਂ ਨਾਲ ਜੋ ਪੰਜਾਬੀਆਂ ਨਾਲ ਜੋ ਉਹਨਾਂ ਨੇ ਧੱਕਾ ਕੀਤਾ ਜੋ ਉਹਨਾਂ ਨੇ ਇਤਿਹਾਸ 'ਚ ਗਲਤੀਆਂ ਕੀਤੀਆਂ ਉਹ ਤੁਸੀਂ ਲੋਕਾਂ ਦੇ ਮੂਹਰੇ ਜਾਣਾ ਨਹੀਂ ਚਾਹੁੰਦਾ ਅਤੇ ਦੇਣਾ ਚਾਹੁੰਦੇ ਅੱਜ ਤੁਹਾਨੂੰ ਉਹ ਚੰਗੇ ਲੱਗਣ ਲੱਗ ਗਏ ਮੈਨੂੰ ਹੈਰਾਨ ਆ ਇੱਕ ਪਾਸੇ ਤੁਸੀਂ ਜਿਹਨੇ ਪਿਕਚਰ ਬਣਾਈ ਉਹਨੂੰ ਹਾਈਲਾਈਟ ਕਰਕੇ ਇੱਕ ਪਾਸੇ ਇੰਦਰਾ ਗਾਂਧੀ ਨੂੰ ਲੁਕਾਉਣਾ ਚਾਹੁੰਦੇ ਉਹਨੂੰ ਬਚਾਉਣਾ ਚਾਹੁੰਦੇ ਹੋ ਜਿਹੜੇ ਬੰਦੇ ਇਹ ਪਿਕਚਰ ਰੋਕਦੇ ਆ ਮੈਂ ਇੰਨਾ ਕਹਿਣਾ ਚਾਹੁੰਦਾ